ਸਸ਼ੀਕਲ ਜੀ ਦੇਖੀਏ ਨਵੇਂ-ਨਵੇਂ ਬੀਜੇਪੀ ਦੇ ਵਿੱਚ ਲੀਡਰ ਬਹੁਤ ਸ਼ਾਮਲ ਹੋ ਰਹੇ ਨੇ ਪਰ ਆਖਰਕਾਰ ਉਹਨਾਂ ਨੂੰ ਕੀ ਜਗ੍ਹਾ ਉੱਥੇ ਉਸ ਤਰ੍ਹਾਂ ਦੀ ਮਿਲ ਪਾਉਗੀ ਇਹ ਸਵਾਲ ਹਰ ਕਿਸੇ ਦੇ ਜ਼ਿਹਨ 'ਚ ਰਹਿੰਦਾ ਤੇ ਹੁੰਦਾ ਵੀ ਹੈ ਕਿ ਆਮ ਤੌਰ ਤੇ ਜਦੋਂ ਪਾਰਟੀਆਂ ਦੇ ਵਿੱਚ ਲੀਡਰ ਨਵੇਂ ਆ ਜਾਂਦੇ ਨੇ ਯਾਨੀ ਕਿ ਬਗਾਨੀ ਪਾਰਟੀਆਂ 'ਚੋਂ ਆ ਜਾਂਦੇ ਨੇ ਜਾਂ ਫਿਰ ਵੈਸੇ ਕੋਈ ਲੀਡਰ ਬਣਦੇ ਨੇ ਤਾਂ ਉੱਥੇ ਰੌਲੇ-ਕਿਝੌੜੇ ਬਹੁਤ ਦੇਖਣ ਨੂੰ ਮਿਲਦੇ ਨੇ ਹੁਣ ਇੱਕ ਪਾਸੇ ਮਨਪ੍ਰੀਤ ਬਾਦਲ ਚਾਈ ਚਾਈ ਬੀਜੇਪੀ ਦਾ ਪੱਲਾ ਫੜ ਕੇ ਗਏ ਹਾਲਾਂਕਿ ਉਹਦੇ ਪਿੱਛੇ ਕਈ ਕਾਰਨ ਕਾਂਗਰਸ ਕਹਿੰਦੀ ਹੈ ਤੇ ਦੂਜੇ ਪਾਸੇ ਬੀਜੇਪੀ ਨੂੰ ਵੀ ਲੱ ਕੋਈ ਪੰਜਾਬ ਦੇ ਵਿੱਚ ਅਜਿਹੇ ਵੱਡੇ ਚਿਹਰੇ ਆ ਜਾਣਗੇ ਸਾਡੇ ਲੋਬੇ ਜਿਹਦੇ ਨਾਲ ਲੱਗਦਾ ਹੋਊਗਾ ਇਹ ਕਿ ਪਿੰਡੂ ਖੇਤਰਾਂ ਦੇ ਵਿੱਚ ਤੇ ਨਾਲ-ਨਾਲ 2024 ਨੂੰ ਲੈ ਕੇ ਆ खासा ਸਾਨੂੰ ਜਨ ਸਮਰਥਨ ਮਿਲ ਜੂਗਾ ਪਰ ਦੂਜੇ ਪਾਸੇ ਦੇਖੀਏ ਕਿ ਪਹਿਲੀ ਫੇਰੀ ਗਜਿੰਦਰ ਸ਼ਕਾਵਤ ਦੀ ਦੇ ਫੋਟੋਆਂ ਨੇ ਕਰਤਾ ਜਲੂਸ ਜਾਂ ਫਿਰ ਕਹੀਏ ਕਿ ਆਖਰਕਾਰ ਪਹਿਲੀ ਫੇਰੀ ਗਜਿੰਦਰ ਸ਼ਕਾਵਤ ਦੀ ਤੇ ਆਖਰ ਕੀ ਖੁੱਲ ਕੇ ਗੁਟਬੰਦੀ ਹੈ ਜਿਹੜੀ ਉਹ ਸਾਹਮਣੇ ਆਉਂਦੀ ہوئی ਨਜ਼ਰ ਆਉਂਦੀ ਹੈ ਜਾਂ ਫਿਰ ਕਈ ਅੱਗੇ ਨੂੰ ਗੁਟਬੰਦੀ ਬਣ ਗਈ ਹੈ ਉਹ ਕਾਰਨ ਇਸ ਕਰਕੇ ਕਿਉਂਕਿ ਇਹ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਕਈ মিডিਆ ਹਾਊਸਸ ਨੇ ਫੋਟੋ ਨੂੰ ਲਾਇਆ ਵੀ ਹੈ ਤੇ ਆਖਰਕਾਰ ਗੁਟਬੰਦੀ ਤੇ ਸਵਾਲ ਖੜੇ ਕਰੇ ਨੇ ਇਹ ਫੋਟੋ 'ਚ ਹੈਗਾ ਕੀ ਹੈ ਹੁਣ ਇਹ ਫੋਟੋ ਦੇ ਵਿੱਚ ਜੇ ਦੇਖਿਆ ਜਾਵੇ ਜਦੋਂ ਨਵੇਂ-ਨਵੇਂ ਮਨਪ੍ਰੀਤ ਬਾਦਲ ਦੇਖੀਏ ਭਾਜੀਪੀ ਦੇ ਵਿੱਚ ਜੁੜੇ ਨੇ ਉਦੋਂ ਖਾਸਾ ਪਹਿਲਾਂ ਅਸੀਂ ਦੇਖਿਆ ਸੀਗਾ ਵੋਟਾਂ ਦੇ ਵੇਲੇ ਨੂੰ ਉਸ ਸਮੇਂ ਦੇ ਦੌਰਾਨ ਸਰੂਪ ਉਹ ਸਰੂਪ ਚੰਦ ਸਿੰਘ ਲਾ ਨੇ ਜਿਹੜੇ ਉਹ ਬਠਿੰਡੇ ਤੋਂ ਉਹ ਵੀ ਸ਼ਾਮਲ ਹੋਏ ਸੀਗੇ ਹੁਣ ਗੱਲ ਇਹ ਹੈ ਵੀ ਜਦੋਂ ਕੋਈ ਵੱਡਾ ਲੀਡਰ ਕਿਸੇ ਪਾਰਟੀ ਦਾ ਕਿਤੇ ਆਉਂਦਾ ਹੈ ਤਾਂ ਆਮ ਤੌਰ ਤੇ ਉਹ ਕੋਲੇ ਕੋਲੇ ਡਿਸਟ੍ਰਿਕਟਾਂ ਦੇ ਆਲੇ ਤਾਂ ਆਮ ਦੇਖਦੇ ਆਂ ਸੀ ਲੀਡਰ ਆਪਦੇ ਵੱਡੇ ਲੀਡਰ ਨੂੰ ਦਿਖਾਉਣ ਦੇ ਵਾਸਤੇ ਆਪਦੀ ਹਾਜ਼ਰੀ ਲਵਾਉਣ ਦੇ ਵਾਸਤੇ ਆਮ ਤੌਰ ਤੇ ਪਹੁੰਚਦੇ ਨੇ ਹੁਣ ਹੋਇਆ ਵੀ ਇਸੇ ਤਰ੍ਹਾਂ ਦੇ ਨਾਲ ਗਜਿੰਦਰ ਸ਼ਕਾਵਤ ਵੱਡੇ ਕਦਾਵਰ ਭਾਜਪੀ ਦੇ ਲੀਡਰ ਨੇ ਮੰਤਰੀ ਵੀ ਨੇ ਨਾਲ ਹੀ ਦੇਖਿਆ ਕਿ ਪੂਰੀ ਚੋਣ ਕੰਪੇਨਿੰਗ ਦਾ ਜਾਂ ਪੰਜਾਬ ਦੇ ਵਿੱਚ ਇਹ ਦੇਖਿਆ ਜਾਵੇ ਤਾਂ ਗਜਿੰਦਰ ਸ਼ਕਾਵਤ ਦਾ ਵੱਡਾ ਰੋਲ ਰਿਹਾ ਹੈ ਕੈਪਟਨ ਹੋਰਨਾ ਮੀਟਿੰਗਾਂ ਲਾਈਨ ਤੋਂ ਲੈ ਤੱਕ ਪੰਜਾਬ ਦੇ ਵਿੱਚ ਚੋਣਾਂ ਨੂੰ ਦੇਖਣ ਦੇ ਵਿੱਚ ਹੁਣ ਗੁਜੇਂਦਰ ਸ਼ਕਾਵਤ ਪਹੁੰਚ ਗਏ ਬਠਿੰਡੇ ਹੁਣ ਹੋਇਆ ਇਸ ਸਮੇਂ ਦੇ ਦੌਰਾਨ ਕੀ ਇਹ ਇੱਕ ਤਾਂ ਜੇ ਦੇਖੀਏ ਕਿ ਗੁਜੇਂਦਰ ਸ਼ਕਾਵਤ ਦੀ ਉਥੇ ਜਿਵੇਂ ਕਹਿੰਦੇ ਉਹਨਾਂ ਨੇ ਜੀ ਹਜ਼ੂਰੀ ਕਰਨੀ ਵੱਡੇ ਲੀਡਰ ਦੀ ਆਮ ਤੌਰ ਤੇ ਛੋਟੇ ਜਿਹੜੇ نیچے ਬਾਕੀ ਆ ਜਾਂਦੇ ਨੇ ਅਹੁਦੇਦਾਰ ਉਹਨਾਂ ਦੀ ਖੈਰ ਜ਼ਿੰਮੇਵਾਰੀ ਵੀ ਹੁੰਦੀ ਹੈ ਤੇ ਡਿਊਟੀ ਵੀ ਖੈਰ ਬਣਦੀ ਹੈ ਜਦੋਂ ਕੋਈ ਸੀਨੀਅਰ ਆਉਂਦਾ ਪਰ ਗੱਲ ਇਹ ਇਹ ਫੋਟੋ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੀ ਹੋਣੀ ਮਨਪ੍ਰੀਤ ਬਦਲ ਦੀ ਮੈਂ ਗੱਲ ਤਾਂ ਕਰੀ ਜਨਾ ਇਹ ਫੋਟੋ ਚ ਕਿਤੇ ਨਜ਼ਰ ਨਹੀਂ ਆਉਂਦੇ ਬੋਰਡ ਜਿਹੜੇ ਲੱਗੇ ਕਹਿੰਦੇ ਬਠਿੰਡੇ ਉੱਥੇ ਹੁਣ ਬਾਕੀਆਂ ਦਾ ਤਾਂ ਪਤਾ ਨਹੀਂ ਖਿਆਰਾ ਆਪਾਂ ਉੱਥੇ ਗਏ ਨਹੀਂ ਹੈਗੇ ਪਰ ਜਿੰਨੇ ਕ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਮਨਪ੍ਰੀਤ ਬਾਦਲ ਦੀ ਫੋਟੋ ਕਿਸੇ ਨੇ ਨਹੀਂ ਲਾਈ ਹੁਣ ਇਹਦੇ ਵਿੱਚ ਜੇ ਦੇਖੀਏ ਤਾਂ ਆਮ ਤੌਰ ਤੇ ਜਦੋਂ ਭਾਜਪਾ ਦੀ ਇੱਕ ਤਾਂ ਹੁਣ ਤੋਂ ਪਹਿਲਾਂ ਹੈਗਾ ਕੀ ਸੀ ਆਖਰ ਕਿ ਚਾਹੇ ਬਠਿੰਡੇ ਦੀ ਗੱਲ ਨਹੀਂ ਪੂਰੇ ਪੰਜਾਬ ਦੀ ਗੱਲ ਕਰੀਏ ਭਾਜਪਾ ਦੀ ਇੱਕ ਤਾਂ ਪਹਿਲਾਂ ਵਾਲੀ ਲੀਡਰਸ਼ਿਪ ਜਿਹੜੀ ਕਿ ਬਹੁਤ ਸਾਲਾਂ ਤੋਂ ਓ ਦ੍ਰਿੜ ਹੋ ਕੇ ਉਹਨਾਂ ਦੇ ਨਾਲ ਲੱਗੀ ਹੋਈ ਆ ਭਾਵੇਂ ਕਾਲੀ ਦਲ ਦੇ ਭਾਈ ਬਣ ਰਹੇ ਫਿਰ ਨਹੀਂ ਰਹੇ ਫੇਰ ਇੱਕ ਉਸ ਤੋਂ ਬਾਅਦ ਦੀ ਲੀਡਰਸ਼ਿਪ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜੇ ਕਹੀਏ ਵੱਡਾ ਤੜਾ ਜਾ ਕੇ ਕਹੀਏ ਕਿ ਬਹੁਤ ਕਾਂਗਰਸੀ ਜਿਹੜੇ ਨੇ ਉਹ ਹੋ ਪਾਰਟੀ ਦੇ ਨਾਲ ਆ ਗਏ ਕੈਪਟਨ ਅਮਰਿੰਦਰ ਖੁਦ ਦੀ ਗੱਲ ਹੋਵੇ ਰਾਣਾ ਸੋਢੀ ਦੀ ਗੱਲ ਹੋਵੇ ਗੁਰਪ੍ਰੀਤ ਕਾਂਗੜ ਦੀ ਬਲਬੀਰ ਸਿੱਧੂ ਸੁਨੀਲ ਜਾਖੜ ਤਮਾਮ ਲੀਡਰਸ਼ਿਪ ਹੈ ਜਿਹੜੀ ਉਹ ਸ਼ਾਮਲ ਹੋਗੀ ਹੁਣ ਤੀਜਾ ਥੋਂ ਆ ਗਿਆ ਕਿ ਆਖਰਕਾਰ ਜੇ ਦੇਖਿਆ ਜਾਵੇ ਜਦੋਂ ਹੁਣ ਅੱਗੇ ਨੂੰ ਚੋਣਾਂ ਦੇ ਵਾਸਤੇ ਜਾਂ ਫਿਰ ਕਹੀਏ ਕਿ ਉੱਥੇ ਜਿਹੜੀ ਸਿਆਸਤ ਲੋਕਲ ਲੈਵਲ ਤੇ ਚੱਲਦੀਆਂ ਉਹਦੇ ਵਿੱਚ ਕੀ ਹੈ ਇਕ ਤਾਂ ਇਹ ਹੈ ਕਿ ਕਾਂਗਰਸ ਤੋਂ ਜਿਹੜੇ ਲੀਡਰ ਕਈ ਬੀਜੇਪੀ 'ਚ ਸ਼ਾਮਲ ਹੋਏ ਇਹ ਆਮ ਚਰਚਾ ਰਹੀ ਕਿ ਆਖਰ ਉਹ ਆਪਦੇ ਬਚਾਅ ਦੇ ਵਾਸਤੇ ਉਹਨਾਂ ਨੂੰ ਸਰਕਾਰ ਤੋਂ ਡਰ ਲੱਗਿਆ ਜਾਂ ਕੋਈ ਇਹ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਡਰ ਦੇ ਕਰਨੀ ਉਹ ਬਚਾਅ ਦੇ ਕਰਕੇ ਬੀਜੇਪੀ 'ਚ ਸ਼ਾਮਲ ਹੋ ਜਾਂਦੇ ਨੇ ਦੂਜੇ ਪਾਸੇ ਦਾ ਇਹ ਵੀ ਹੈ ਕਿ ਆਖਰ ਹੋ ਸਕਦਾ ਹੈ ਆਉਣ ਦੇ ਦਿਨਾਂ ਦੇ ਵਿੱਚ ਜਿਹੜਾ ਪਹਚਾਲ ਅੱਕ ਕਾਂਗਰਸ ਦੇ ਆਪਦੇ ਵੀ ਆਇਆ ਹੋਇਆ ਤਾਂ ਉਹਦੇ ਤੋਂ ਵੀ ਕਈਆਂ ਨੇ ਪਾਸਾ ਵਟਦੇ ਹੋਏ ਜਾਂ ਗੁੱਟਬੰਦੀ ਦੇ ਵਿੱਚ ਦੇਖਦੇ ਹੋਏ ਮਨਪ੍ਰਿਤ ਬਾਦਲ ਜਿਵੇਂ ਕਿ ਰਾਹੁਲ ਗਾਂਧੀ ਦੇ ਵੀ ਨਹੀਂ ਗਏ ਤੇ ਉਦੋਂ ਪਹਿਲਾਂ ਉਹਨਾਂ ਦੀ ਰਾਜਾ ਵੜਿੰਗਣਾ ਕੋਈ ਖਾਸ ਬਣੀ ਨਹੀਂ ਉਦੋਂ ਬਾਅਦ ਬ ਹੁਣ ਇਹ ਸਾਰਿਆਂ ਦੇ ਵਿੱਚ ਜੇ ਦੇਖਿਆ ਜਾਵੇ ਆਖਰ ਕਈ ਥਾਂ 'ਤੇ ਹੋਇਆ ਇਹ ਕਿ ਕਈ ਥਾਂ 'ਤੇ ਇੱਕ ਇੱਕ ਸੀਟ ਤੇ ਦੋ ਦੋ ਲੀਡਰ ਇਕੱਠੇ ਹੋਗੇ ਹੁਣ ਉਹਨਾਂ ਨੂੰ ਹੋਇਆ ਵੀ ਭਾਈ ਸਾਡੀ ਸਾਡਾ ਅਸੈਸੀਵ ਉਹ ਇੱਕ ਕੀ ਬਣੂਗਾ ਹੁਣ ਇਹ ਫੋਟੋ ਇਹ ਚੀਜ਼ ਕਾਫੀ ਕੁਝ ਦਰਸਾਉਂਦੀ ਆ ਸਰੂਪ ਚੰਦ ਸਿੰਘਲਾ ਦੀ ਫੋਟੋ ਆ ਇਹ ਦੇ ਵਿੱਚ ਬਨਪ੍ਰਿਤ ਬਦਲ ਦੇ ਨਹੀਂ ਹੈਗੀ ਖੇਤਰ ਇੱਕੋ ਜੇ ਪੈਂਦੇ ਨੇ ਬਠਿੰਡੇ ਪੈਂਦਾ ਹੁਣ ਗੱਲ ਇਹ ਹੈ ਵੀ ਹਰੇਕ ਲੀਡਰ ਨੂੰ ਇਹ ਲੱਗਦਾ ਵੀ ਜੇ ਕੱਲ ਨੂੰ ਇਹ ਆ ਕੇ ਉਹਰੇ ਜੰਮ ਗਿਆ ਤਾਂ ਫਿਰ ਮੇਰਾ ਕੀ ਬਣੂਗਾ ਉਹਨਾਂ ਸਰੂਪ ਚੰਦ ਸਿੰਘ ਲਾ ਤਾਂ ਕਈ ਮੀਟਿੰਗਾਂ ਦੇ ਵਿੱਚ ਵੀ ਲਗਾਤਾਰ ਆ ਰਹੇ ਨੇ ਹੁਣ ਮਨਪ੍ਰੀਤ ਬਾਦਲ ਦਾ ਰੋਲ ਤਾਂ ਹਜੇ ਦੇਖਿਆ ਨਹੀਂਗਾ ਅੱਗੇ ਨੂੰ ਕਹਿੰਦਾ ਪਾਰਟੀ ਦਫ਼ਤਰ ਨਹੀਂ ਹੋ ਆਪਦੇ ਪਹੁੰਚੇ ਪੰਜਾਬ ਭਾਜਪਾ ਦਾ ਜਿਹੜਾ ਦਾਤਰਾ ਮੁਖ ਉੱਥੇ ਨਹੀਂ ਹਜੇ ਤੱਕ ਤਾਂ ਉਹਨਾਂ ਨੇ ਕੋਈ ਨਾ ਆਏ ਨਾ ਪ੍ਰੈਸ ਕਾਨਫਰੰਸ ਹੋਈ ਹੈ ਉੱਥੇ ਕੋਈ ਤੇ ਨਹੀਂ ਕੋਈ ਗੱਲਬਾਤ ਹੋਈ ਹੈ ਯਾਨੀ ਕਿ ਪਰ ਹਾਂ ਸੀਨੀਅਰ ਲੀਡਰਸ਼ਿਪ ਦੇ ਨਾਲ ਸਾਰਿਆਂ ਨੂੰ ਮਿਲਲੇ ਅਮਿਸ਼ਾ ਨੂੰ ਉਹਨਾਂ ਨੇ ਸ਼ੇਅਰ ਵੀ ਕਿਹਾ ਪਰ ਗੱਲ ਇਹ ਹੈ ਕਿ ਆਖਰਕਾਰ ਲੀਡਰਸ਼ਿਪ ਹੈ ਜਿਹੜੀ ਉਹ ਅਕਸੈਪਟ ਕਰੂਗੀ ਇਸ ਚੀਜ਼ ਨੂੰ ਇਸੇ ਤਰ੍ਹਾਂ ਦਾ ਹਾਲ ਇਕੱਲੇ ਇਹ ਨਹੀਂ ਹੈਗਾ ਇਹ ਤਾਂ ਫੋਟੋ ਚਲੋ ਇੱਕ ਸੀਗੀ ਉਹ ਦਰਸਾ ਲਿਆ ਬਾਕੀ ਥਾਂ ਦੇ ਉੱਤੇ ਵੀ ਵੱਡੇ ਤੌਰ ਤੇ ਦੇਖੋ ਨੂੰ ਮਿਲ ਰਿਹਾ ਹੈ ਕਿ ਜਿੰਨੇ ਕਾਂਗਰਸ ਦੇ ਲੀਡਰ ਆਏ ਉੱਥੇ ਜਿਹੜੇ ਪਹਿਲਾਂ ਬੀਜੇਪੀ ਦੇ ਧੜੇ ਨੇ ਉਹ ਉਹਨਾਂ ਦੇ ਨਾਲ ਚੱਲਣ ਛੋੜਦੇ ਮਜ਼ਬੂਤ ਨਹੀਂ ਹੋਏ ਬੀਜੇਪੀ ਵਾਸਤੇ ਚੁਣੌਤੀਆਂ ਬਹੁਤ ਨੇਗੀਆਂ ਇਕੱਲੀ ਇੱਕ ਨਹੀਂ ਹੈਗੀ ਇੱਕ ਤਾਂ ਇਹ ਪੰਜਾਬ ਚੋਂ ਡਾ ਸਕੋਪ ਨਹੀਂ ਦੂਜੇ ਪਾਸੇ ਇਹ ਸਕੋਪ ਖੜਾ ਹੋ ਸਕਦਾ ਲੀਡਰਸ਼ਿਪ ਬਹੁਤ ਹੁਣ ਤਾਂ ਹੋ ਗਈ ਬੀਜੇਪੀ ਕੋਲੇ ਪਰ ਗੱਲ ਇਹ ਹੈ ਵੀ ਉੱਤੇ ਡੰਡਾ ਨਹੀਂ ਉਸਾਬ ਦਾ ਚੱਲ ਰਿਹਾ ਹੈਗਾ ਪਾਰਟੀ ਤੋਂ ਜੇ ਕਹੀਏ ਜਾਂ ਸਖਤ ਹੁਕਮ ਨਹੀਂ ਚੱਲ ਰਹੇ ਕਿ ਸਾਰੇ ਇਕਜੁੱਟ ਹੋ ਕੇ ਨਹੀਂ ਇਕੱਠੇ ਹੋ ਕੇ ਆ ਰਹੇ ਕਿ ਭਾਈ ਸਰਕਾਰ ਬਣੂ ਦਾ ਭੇਲੀ ਫੁੱਟੂ ਤਾਂ ਪੂਰਾ ਪੂਰਾ ਸਭ ਨੂੰ ਮਿਲੂਗਾ ਯਾਨੀ ਕਿ ਸਰਕਾਰ ਬਣੂਗੀ ਤਾਂ ਤੁਸੀਂ ਸੱਤਾ ਦੇ ਵਿੱਚ ਆਉਂਗੇ ਆਪਦੀ ਸਿਆਸਤ ਆ ਜਿਹੜਾ ਸਿਆਸੀ ਭਵਿੱਖਾਂ ਨੂੰ ਬਚਾ ਪਾਉਂਗੇ ਇਹ ਮੁਲਮੰਤਰਤੇ ਦਾ ਖੈਰ ਕੰਮ ਕਰਦੇ ਲੱਗਦੇ ਆ ਨਹੀਂ ਰਹੇ ਹੁਣ ਗੱਲ ਇਹ ਆ ਕਿ ਆਖਰਕਾਰ ਹਰੇਕ ਲੀਡਰ ਨੂੰ ਇਹ ਲੱਗਿਆ ਪਿਆ ਵੀ ਹੁਣ ਪਹਿਲਾਂ ਮੈਂ ਉੱਥੇ ਸ਼ਾਮਲ ਹੋਇਆ ਦੂਜਾ ਫਿਰ ਇੱਕ ਹੋਰ ਆ ਗਿਆ ਤਾਂ ਆਖਰ ਸਾਡੇ ਸਿਆਸੀ ਭਵਿੱਖ ਬਣਨਗੇ ਕੀ ਇਸ ਚੀਜ਼ ਨੂੰ ਦੇਖਦੇ ਹੋਏ ਗੱਲ ਕਰੀਏ ਤਾਂ ਆਖਰਕਾਰ ਇਹ ਲੱਗਦਾ ਵੀ ਗੁੱਟਬੰਦੀ ਦੀ ਇੱਕ ਆ ਇਹ ਸ਼ੁਰੂਆਤੀ ਫੋਟੋ ਹੋ ਸਕਦੀ ਆ ਬਠਿੰਡੇ ਖੇਤਰ ਕੰਨੀ ਉਹ ਖੈਰ ਬੀਜਪੀ ਦੇ ਤਾਂ ਪਹਿਲਾਂ ਜਿਹੜੇ ਥੋੜੇ ਥੋੜੇ ਲੋਕ ਸੀਗੇ ਉਹ ਹੀ ਆਪਸ ਵਿੱਚ ਦੋ ਦੋ ਤਿੰਨ ਤਿੰਨ ਢਲੇ ਬਣਾ ਕੇ ਬੈਠੇ ਰਹਿੰਦੇ ਸੀਗੇ ਬੈਠਦੇ ਹੋਏ ਨਜ਼ਰ ਆਏ ਸੀਗੇ ਕਈ ਚੋਣਾਂ ਦੇ ਵੇਲੇ ਉਹਨਾਂ ਦਾ ਦੇਖਣ ਨੂੰ ਮਿਲਿਆ ਆਪਸੀ ਰੰਜਿਸ਼ਾਂ ਸਿਆਸੀ ਰੰਜਿਸ਼ਾਂ ਤੇ ਕਈ ਦੇਖੇ ਨੇ ਕਿ ਕਈ ਮੌਕਿਆਂ ਦੇ ਉੱਤੇ ਜਦੋਂ ਇਹਨਾਂ ਦੇ ਪ੍ਰਧਾਨ ਪ੍ਰਧੂਮ ਚੁਣਨੇ ਹੁੰਦੇ ਨੇ ਉਦੋਂ ਵੀ ਕਈ ਵਾਰ ਦੇਖਣ ਨੂੰ ਮਿਲਿਆ ਹੁਣ ਗੱਲ ਇਹ ਹੈ ਕਿ ਆਖਰਕਾਰ ਟੀਮ ਤੌਰੇ ਬਣ ਰਹੀ ਹੈ ਜਿਹੜੀ ਦੀ ਬਹੁਤ ਲੋੜ ਸੀ ਬੀਜਪੀ ਨੂੰ ਪਰ ਗੱਲ ਇਹ ਹੈ ਕਿ ਬਹੁਤ ਅਣਗੋਲੇ ਚਿਹਰੇ ਨੇ ਜਿਹੜੇ ਅਣਗੋਲਿਕ ਹੋ ਰਹੇ ਨੇ ਜਾਂ ਹਣਗੋਲੇ ਕੀਤੇ ਜਾ ਰਹੇ ਨੇ ਉਹਦੇ ਨਾਲ ਲੱਗਦਾ ਕਿ ਨੁਕਸਾਨ ਪਾਰਟੀ ਨੂੰ ਵੀ ਹੋਣਾ ਹੈ ਹੁਣ ਇਹ ਫੋਟੋ ਜਿਵੇਂ ਦਿਖਾਉਂਦੀ ਹੈ ਇਹ ਸਾਫ ਗੁੱਟਬੰਦੀ ਦੀ ਫੋਟੋ ਦਿਖਾਉਂਦੀ ਹੈ ਕਿ ਬਾਕੀ ਉਸ ਵੱਡੇ ਲੀਡਰ ਦੀ ਫੋਟੋ ਲਾਈ ਕਿਉਂ ਨਹੀਂ ਹੈਗੀ ਜਦੋਂ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਉਹਨੂੰ ਜੁਆਇਨ ਕਰਾਇਆ ਹੁਣ ਆਉਂਦੇ ਦਿਨਾਂ 'ਚ ਤਾਂ ਪਤਾ ਨਹੀਂ ਕੀ ਵੇਖੂਗਾ ਬਾਕੀ ਤੁਸੀਂ ਦੱਸਦੇ ਹੋ ਕਮੈਂਟ ਕਰ ਕਰਕੇ ਕਿ ਆਖਰ ਮਨਪ੍ਰੀਤ ਬਾਦਲ ਸਾਹਿਬ ਸ਼ਾਇਰੀ ਦੇ ਨਾਲ ਪਾਰਟੀ ਦੀ ਗੁੱਟਬੰਦੀ 'ਚ ਆਪਦੀ ਜਗ੍ਹਾ ਬਣਾ ਪਾਉਣਗੇ ਲੋਕਾਂ ਦੇ ਦਿਲ ਜਿੱਤ ਪਾਉਣ ਠੀਕ ਆ ਹੁਣ ਤੱਕ ਜੋ ਹੁੰਦਾ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਪਤਾ ਨਹੀਂ ਅੱਗੇ ਕਿਹੜੇ ਆਖਰ ਸਿਆਸੀ ਚਾਲਾਂ ਨੇ ਲੀਡਰ ਚੱਲਣਗੇ ਤੇ ਉਹਨਾਂ ਦੇ ਵਿੱਚ ਕਿਹਨੂੰ ਜਗ੍ਹਾ ਮਿਲੂਗੀ ਤੇ ਕਿਹੜਾ ਫਿਰ ਆਊਟ ਹੋ ਕੇ ਵਾਪਸ ਜਾਊਗਾ ਤਾਂ